ਜ਼ਨਾ ਜਿਹੜਾ ਏ ਬੰਦੇ ਦੀ ਇੱਜ਼ਤ ਵੀ ਖੋ ਲੈਂਦਾ ਏ, ਜ਼ਨਾ ਜਿਹੜਾ ਏ ਬੰਦੇ ਦੀ ਗੈਰਤ ਵੀ ਖੋ ਲੈਂਦਾ ਏ, ਜ਼ਨਾ ਜਿਹੜਾ ਏ ਬੰਦੇ ਦੀ ਦੌਲਤ ਵੀ ਖੋ ਲੈਂਦਾ ਏ, ਜ਼ਨਾ ਬੰਦੇ ਨੂੰ ਗਰੀਬ ਕਰ ਦਿੰਦਾ ਏ, ਜ਼ਨਾ ਬੰਦੇ ਨੂੰ ਮਰੀਜ਼ ਕਰ ਦਿੰਦਾ ਏ, ਜ਼ਨਾ ਬੰਦੇ ਨੂੰ ਜ਼ਲੀਲ ਕਰ ਦਿੰਦਾ ਏ। ਆਂਦਾ ਕਾਫ ਜੀ ਸੁਣਨਾ, ਸਾਹਮਣੇ ਦੋ ਪਲਾਜ਼ੇ ਨਜ਼ਰ ਆ ਰਹੇ ਨੇ, ਇਹ ਪਲਾਜ਼ੇ ਦਾ ਮਾਲਕ ਵੀ ਮੈਂ ਖੁਦ ਸਾਂ। ਆ ਜਿਹੜੀ ਨਾਲ ਮਾਰਕੀਟ ਨਜ਼ਰ ਆ ਰਹੀ ਏ, ਇਸ ਮਾਰਕੀਟ ਦਾ ਮਾਲਕ ਵੀ ਮੈਂ ਸਾਂ। ਮਿਲਤਾਨ ਸ਼ਹਿਰ ਦੇ ਅੰਦਰ ਪੂਰਾ ਇੱਕ ਟਾਊਨ ਮੇਰਾ ਸੀ। ਹਾਫ ਜੀ ਮੈਨੂੰ ਜ਼ਨਾ ਦੀ ਆਦਤ ਪਈ ਏ, 20 ਸਾਲ ਦੇ ਅੰਦਰ ਟਾਊਨ ਵੀ ਵੇਖ ਗਿਆ, ਰੱਬ ਨੇ ਮੇਰੇ ਕੋਲੋਂ ਪਲਾਜ਼ੇ ਵੀ ਖੋਲੇ। ਮੇਰਾ ਇੱਕ ਨਾਮ ਸੀ ਪੂਰੇ ਮੁਲਤਾਨ ਦੇ ਅੰਦਰ, ਰੱਬ ਨੇ ਉਹ ਨਾਮ ਵੀ ਖੋ ਲਿਆ, ਰੱਬ ਨੇ ਇੱਜ਼ਤ ਵੀ ਖੋ ਲਈ, ਰੱਬ ਨੇ ਗੈਰਤ ਵੀ ਖੋ ਲਈ। ਜ਼ਨਾ ਫਨਾਏ, ਜ਼ਨਾ ਫਨਾਏ, ਅੱਜ ਮੈਂ ਇੱਥੇ ਪਾਨ ਸ਼ਾਪ ਦੀ ਦੁਕਾਨ ਬਣਾ ਕੇ ਬਹਿ ਗਿਆ, ਲੇਕਿਨ ਮੈਨੂੰ ਡਰ ਲੱਗਦਾ, ਹੁਣ ਮੈਨੂੰ ਖੌਫ ਆਉਂਦਾ ਏ, ਮੈਨੂੰ ਤੇ ਲੱਗਦਾ ਜ਼ਨਾ ਨੇ ਮੇਰੇ ਕੋਲੋਂ ਇਹ ਦੁਕਾਨ ਵੀ ਖੋ ਲੈਣੀ ਏ, ਜ਼ਨਾ ਨੇ ਮੇਰਾ ਇਹ ਨਿੱਕਾ ਜਿਹਾ ਕਾਰੋਬਾਰ ਵੀ ਬੰਦ ਕਰ ਦੇਣਾ ਏ, ਤਬਾਹ ਕਰ ਦੇਣਾ ਏ, ਜ਼ਨਾ ਨੇ ਮੇਰਾ ਕਾਰੋਬਾਰ ਵੀ। ਵੀਰਾ ਮੇਰੇ ਆਕਾ ਆਏ ਜ਼ਨਾ ਮੁਕਾਣ ਵਾਸਤੇ, ਕੁਰਾਨ ਤੇ ਕਹਿ ਰਿਹਾ ਏ ਲਾ ਤਗਰਬ ਜ਼ਨਾ, ਜ਼ਨਾ ਦੇ ਕਰੀਬ ਵੀ ਨਾ ਜਾਓ। ਆਖੋਗੇ ਅਫਜੀ ਗੱਲ ਸਮਝ ਨਹੀਂ ਆਈ ਵੀਰਾ, ਜ਼ਨਾ ਦੇ ਕਰੀਬ ਜਾਣਾ ਏਵੇ ਬਾਜ਼ਾਰ ਜਾਂਦੇ ਆਪਣੀਆਂ ਨਜ਼ਰਾਂ ਨੀਵੀਆਂ ਰੱਖਿਆ ਕਰ, ਨਜ਼ਰ ਉਠਾਏਗਾ ਤੇ ਤੇਰੀਆਂ ਅੱਖਾਂ ਦਾ ਜ਼ਨਾ ਸ਼ੁਰੂ ਹੋ ਜਾਏਗਾ। ਮੋਬਾਈਲ ਆਪਣੇ ਨੂੰ ਮਹਿਫੂਜ਼ ਰੱਖਿਆ ਕਰ, ਬੇਖਯਾਈ ਤੋਂ ਬੇਖਯਾਈ ਵੇਖੇਗਾ ਤੇ ਅੱਖਾਂ ਦਾ ਜ਼ਨਾ ਹੋ ਜਾਏਗਾ, ਸੁਣੇਗਾ ਤੇ ਕੰਨਾਂ ਦਾ ਜ਼ਨਾ ਹੋ ਜਾਏਗਾ। ਉਹ ਵੀਰਾ ਦੂਰ ਰਿਹਾ ਕਰ, ਜ਼ਨਾ ਤੇ ਫਾਸ਼ੀ ਤੋਂ ਦੂਰ ਰਿਹਾ ਕਰ।